अस्सलाम वालेकुम फ्रेंड्स, वेलकम टू माय चैनल मेरा शौक। और आज उस्ताद नासिर साहब आए हैं, उस्ताद नासिर अलमरूफ बाबा नासिर। तो काफ़ी नुकसान हुआ है मेरे परिंदों को, बीमारी की वजह से सारे कबूतर मर गए हैं, कुछ जो बचे हुए हैं। तो आज ये बच्चों ने कुछ शौक किया हुआ है, तो इनकी छत से शौक करवा रहे हैं कुछ जोड़े। मैंने इन्होंने बच्चों ने बुलाया, बड़ी देर तो बुलाते रहे ने मैनू। सही सही, कबूतरां दे जोड़े जोड़े ला दो और नस्लां बन सकन। कबूतर बहुत अच्छे ने, लेकिन इन्हों पता नहीं है कड़ी मादी के लानी के नहीं लानी। जी जी, लिहाजा मैं कट्टे भी बड़े गंदे कट्टे ने, और कट्टे भी है देखो बहुत ही गंदे कट्टे गए, लेकिन बच्चों का शौक तो है। फिर हूँ इन्होंने समझा के जा रहा मैं। सही सही सही, क्या जोड़े घर में ला देना। सही, और इन्हों का रिजल्ट बहुत अच्छा आएगा। सही सही, और शाम शाम गारंटी शुदा बच्चे पैदा होंगे। ठीक हो गए। ਇਹ ਕਿਹੜੇ ਹੱਥ ਸੀ ਫੜੇ ਆਏ ਤੁਸੀਂ? ਇਹ ਲੱਖਾਂ ਚ ਹੈਗੇ ਨੇ ਸਾਹ ਜੀ, ਇਹ ਲੱਖਾਂ ਚ ਹੈਗੇ ਨੇ। ਔਰ ਬਹੁਤ ਹੀ ਅੱਛਾ ਕਬੂਤਰ, ਪਰਵਾਜ ਵਾਲਾ ਹੈ, ਅੱਖ ਦੇਖੋ ਦੀ ਬਹੁਤ ਹੀ ਪਿਆਜ਼ੀ ਅੱਖ ਦੇ ਨੇ, ਤੇ ਤੈਵਾਂ ਚ ਉੱਡਣ ਵਾਲੇ ਕਬੂਤਰ। ਅੱਖ ਜ਼ਰਾ ਜ਼ਰਾ ਥੋੜਾ ਤੰਗ ਹੁੰਦਾ ਅੱਖ। ਇਹ ਲੱਖਾਂ ਦੇ ਵਿੱਚੋਂ ਪੈਦਾ ਹੋਏ ਨੇ, ਤੇ ਬਹੁਤ ਹੀ ਆਲਾ ਜੋੜਾ, ਉੱਡਿਆ ਉਡਾਇਆ ਜੋੜਾ ਹੈਗਾ। और एदी मादी जे जड़ी के दे नाल लगाई गई, ए लान लगे मादी दे नाल, ए भी उस अख दी मादी है और मोमी पंजां दी। ठीक है। और ए दे लगोट वगैरह ने, ते बहुत ही आला जोड़ा बनेगा और लाखे बच्चे निकलन के बहुत प्यारे और परवाज वाले। ਲਾਬੀ ਅੱਖ ਦੀ ਕਬੂਤਰੀ ਜੇ, ਠੀਕ ਹੈ, ਜ਼ਰੇਦਾਰ ਅੱਖ ਹੈ। ਕਿੰਨੇ ਚ ਬਣੀ ਹੋਈ ਹੈ ਮਾਦੀ? ਕਿੰਨੇ ਕਿਹੜੀ ਨਸਲ ਚ ਬਣੀ? ਡੱਬ ਵਾਲਿਆਂ ਦੇ ਵਿੱਚੋਂ ਬਣੀ ਹੋਈ ਹੈ। ਅੱਛਾ ਜੀ, ਤੇ ਬਹੁਤ ਹੀ ਪਰਵਾਜ਼ੀ ਮਾਦੀ ਹੈ, ਹੱਡੀ ਵੀ ਇਸਦੀ ਅਦੀ ਬਹੁਤ। ਪਰ ਬੜੇ ਗੰਦੇ ਕੱਟੇ ਹੋਏ ਉਸਤਾਦ ਜੀ, ਪਾਰੀ ਬੜੇ ਗੰਦੇ ਕਟਾ ਕੱਟ ਛੱਡੇ ਨੇ। ਕੋਈ ਗੱਲ ਨਹੀਂ, ਕੋਈ ਮਸਲਾ ਨਹੀਂ। ਦੋਬਾਰਾ ਇਹਨਾਂ ਨਾਰ ਕਿਹੜਾ ਲਾਣਾ ਤੁਸੀਂ ਉਸਤਾਦ ਜੀ? ਇਹਦੇ ਨਾਲ ਐਸੀ ਅੱਖ ਦਾ ਨਾਰ ਹੋਣਾ ਚਾਹੀਦਾ। ਤੇ ਬੱਚੇ ਇਹਨਾਂ ਦੇ ਤੋਂ ਇਸ ਦਫਾ ਆਊਟ ਕਲਾਸ ਹੋਣ ਜਰਾ ਪਤਾ ਚੱਲੇ ਜਰਾ। ਬੱਚੇ ਸ਼ਾਮ ਸ਼ਾਮ ਬੈਠਣ ਵਾਲੇ ਹੋਣਗੇ, ਤੇ ਉਹਨਾਂ ਦਾ ਨਰ ਦਾ ਸ਼ੋਅ ਕਰਾਓ ਜਿਹੜਾ ਇਹਨਾਂ ਨਾਲ ਲਾਣਾ ਜੇ। ਤੇ ਇਹ ਦੇਖੋ ਦੇ ਲਗੋਟ ਦੁੰਮ ਦੇ। ਅੱਛਾ, ਇਹ ਲੰਗੋਟਾ ਦੀ ਕੀ ਸਟੋਰੀ ਹੈ? ਲੰਗੋਟਾ ਦਾ ਹੁੰਦਾ ਕਿ ਇੱਥੇ ਕਬੂਤਰ ਦੀ ਪਰਵਾਜ਼ ਦਾ ਪਤਾ ਚੱਲਦਾ ਹੈ ਔਰ ਅੱਛਾਈ ਦਾ ਪਤਾ ਚੱਲਦਾ ਹੈ। ਮਤਲਬ ਕਿ ਕਿੰਨਾ ਨਸਲੀ ਹੈ ਉਹ? ਬਕਾਇਦਾ ਪੰਜਿਆਂ ਤੋਂ ਪਤਾ ਚੱਲਦਾ ਹੈ। ਠੀਕ ਹੈ, ਖੁਸ਼ਕ ਪੰਜੇ ਹੱਡੀ ਤੋਂ ਪਤਾ ਚੱਲਦਾ, ਫਿੱਟ ਜੋੜਾਂ ਤੋਂ ਪਤਾ ਚੱਲਦਾ ਹੈ। ਠੀਕ ਠੀਕ, ਤੇ ਉਹ ਨਸਲੀ ਕਬੂਤਰ ਹੁੰਦੇ ਨੇ। ਠੀਕ ਠੀਕ ਠੀਕ, ਜਿਨ੍ਹਾਂ ਦੇ ਜੋੜ ਖੁੱਲੇ ਹੁੰਦੇ ਨੇ ਉਹ ਫਾਰਗ ਹੁੰਦੇ ਨੇ। ਠੀਕ ਹੋ ਗਿਆ। ਹੈ ਦੇਖੋ ਜੀ, ਵਾਈਟ ਅੱਖ ਹੈ, ਜ਼ਰੇਦਾਰ, ਔਰ ਕਲਸਰੇ ਕਲਦੰਬਿਆਂ 'ਚ ਹੈਗਾ, ਔਰ ਬਹੁਤ ਹੀ ਨਸਲੀ ਕਬੂਤਰ ਹੈ। ਇਹਨਾਂ ਦੇ ਬੱਚੇ ਬਿਹਤਰੀਨ ਔਰ ਸ਼ਾਮ ਸ਼ਾਮ ਉੱਡਣ ਵਾਲੇ ਬੱਚੇ ਹੋਣਗੇ। ਔਰ ਪੰਜੇ ਦੇਖੋ ਉਹਦੇ, ਲਗੋਟ ਕਮਾਲ ਦੇ ਦੋ ਲਗੋਟ ਨੇ ਕੱਢੇ ਨੇ ਸਾਈਡ 'ਤੇ, ਔਰ ਹੈ ਵੀ ਬਹੁਤ ਨਸਲੀ ਕਬੂਤਰ। ਇਹ ਬਹੁਤ ਘੱਟ ਵੱਧ ਮਿਲਦੇ ਨੇ, ਅਤੇ ਇਹਨਾਂ ਦੇ ਜੋੜੇ ਲਾ ਕੇ ਅਤੇ ਇਹਨਾਂ ਦਾ ਰਿਜ਼ਲਟ ਚੈੱਕ ਕਰਨਾ। ਹੁਣ ਕਿਹੜਾ ਦੂਸਰਾ ਜੋੜਾ ਤੁਸੀਂ ਸ਼ੋਅ ਕਰਾਉਣ ਲੱਗੇ ਹੋ, ਜਿਹੜਾ ਤੁਸੀਂ ਲਾਉਣ ਲੱਗੇ ਹੋ, ਆਪਣੇ ਹੱਥ ਦਾ ਲਾਉਣ ਲੱਗੇ ਹੋ? ਨਰ ਅੱਛਾ ਜੀ, ਮਾਸ਼ਾਅੱਲਾ ਹੈਗਾ ਜੀ। ਇਹ ਕਿੰਨੇ ਕਿਹੜੇ 'ਚ ਬਣਿਆ ਹੈ ਨਰ? ਇਹ ਜੌਂਸਰੇ ਕਸੂਰੀਆਂ 'ਚ। ਇੱਕ ਵਾਰੀ ਅੱਖ ਸ਼ੋਅ ਕਰਾਓ ਜ਼ਰਾ, ਇੱਕ ਮਿੰਟ ਜ਼ਰਾ। ਕਸੂਰੀਆਂ 'ਚ ਹੈਗਾ, ਬਹੁਤ ਅੱਛਾ ਨਰ ਹੈ। ਅੱਛਾ ਜੀ, ਇਹਨਾਂ ਦੇ ਬੜੇ ਨਾਮ ਹੈਗੇ ਨੇ। ਸਹੀ ਸਹੀ ਜੀ। ਇਹ ਲਾਲ ਅੱਖ 'ਚ? ਹਾਂਜੀ, ਇਹ ਲਾਲ ਜ਼ਰੇਦਾਰ ਅੱਖ 'ਚ ਹੈਗਾ, ਅਤੇ ਪਰਵਾਜ਼ ਦਾ ਸ਼ਾਮ ਸ਼ਾਮ ਤੀਕਰ ਬਹਿਣ ਵਾਲਾ ਕਬੂਤਰ ਹੈਗਾ। ਮਾਸ਼ਾਅੱਲਾ। ਔਰ ਤੇ ਦੇਖੋ ਇਹ ਲੰਗੋਟ, ਇਹਦੇ ਲੰਗੋਟ ਨੇ। ਠੀਕ ਹੋ ਗਿਆ। ਇੱਕ ਸੈਂਟਰ 'ਚ ਕਾਲਾ, ਦੋ ਇਹ ਲੰਗੋਟ ਦੱਸਦਾ ਹੈ ਨਸਲ ਦੇ ਬਾਰੇ 'ਚ, ਇਸੇ ਤਰ੍ਹਾਂ ਦੇ ਬਾਰੇ 'ਚ ਵੀ ਦੱਸਦਾ ਹੈ। ਹਾਂਜੀ, ਇਹ ਨਸਲ ਦੇ ਬਾਰੇ ਦੱਸਦਾ। ਔਰ ਪੰਜੇ ਦੇਖੋ ਇਹਦੇ, ਇਹ ਮੋਮੀ ਪੰਜੇ ਨੇ ਇਹਦੇ। ਸਹੀ ਸਹੀ, ਅਤੇ ਬਹੁਤ ਹੀ ਪਿਆਰਾ ਔਰ ਬਹੁਤ ਹੀ ਪਰਵਾਜ਼ ਵਾਲਾ ਕਬੂਤਰ। ਇਹਦੇ ਨਾਲ ਅਸੀਂ ਹੁਣ ਮਾਦੀ ਅੱਛੀ ਜੀ ਲਾਣੀ ਹੈ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਅਤੇ ਇਹ ਜੇ ਮਾਦੀ, ਇਹ ਡੱਬ ਵਾਲਿਆਂ ਦੇ ਵਿੱਚੋਂ ਮਾਦੀ ਹੈ ਔਰ ਬਹੁਤ ਪਰਵਾਜ਼ ਵਾਲੀ।
ਇਹਨਾਂ ਦਾ ਜੋੜਾ ਫਿੱਟ ਕਰਕੇ ਤੇ ਇਹਨਾਂ ਦੇ ਬੱਚਿਆਂ ਦਾ ਰਿਜ਼ਲਟ ਦੇਖਣਾ ਔਰ ਬਹੁਤ ਹੀ ਅੱਛੇ ਨਿਕਲਣਗੇ। ਕੱਟੀ ਹੋਈ ਹੈ ਵੀ? ਇਹ ਵੀ ਕੱਟੀ ਹੋਈ ਹੈ ਔਰ ਇਹਦੇ ਲਗੋੜ ਵਗੈਰਾ ਔਰ ਜੋੜ ਜਿਹੜੇ ਇਹਦੇ ਨਾਲ ਬਹੁਤ ਫਿੱਟ ਨੇ। ਇਹ ਦੇਖੋ ਇੱਕ ਸਾਈਡ ਤੇ ਇੱਕ ਦੋ ਵਿੱਚ ਇੱਕ ਫਿਰ ਸਾਈਡ ਤੇ ਠੀਕ ਹੋ ਗਿਆ। ਔਰ ਦੂਸਰਾ ਇਹਦੇ ਵੀ ਪੰਜੇ ਉਹਦੇ ਨਾਲ ਦੇ ਮੋਮੀ ਪੰਜੇ ਖੁਸ਼ਕ ਪੰਜੇ ਨੇ। ਠੀਕ ਹੈ। ਔਰ ਫਿੱਟ ਜੋੜਾਂ ਦੀ ਸਹੀ ਸਹੀ ਇਹ ਜੋੜਾ ਬਹੁਤ ਅੱਛਾ ਰਹੇਗਾ ਔਰ ਪਰਵਾਜ਼ੀ ਬੱਚੇ ਹੋਣਗੇ। ਸਹੀ ਸਹੀ ਗਰੰਟੀ ਸ਼ੁਦਾ। ਠੀਕ।